ਦੇਵੀਓ ਤੇ ਸੱਜਣੋ, ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ। ਉਹਨਾਂ ਤੋਂ ਪ੍ਰੇਰਣਾ ਲੈ ਰਿਹਾ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਵੀਰ ਬਾਲ ਦਿਵਸ ਦੇ ਰੂਪ ਵਿੱਚ ਇੱਕ ਨਵਾਂ ਅਧਿਆਇ ਆਰੰਭ ਹੋਇਆ ਹੈ। ਪਿਛਲੇ ਸਾਲ ਦੇਸ਼ ਨੇ ਪਹਿਲੀ ਵਾਰ 26 ਦਸੰਬਰ ਵੀਰ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਸੀ। ਉਦੋਂ ਪੂਰੇ ਦੇਸ਼ ਵਿੱਚ ਸਾਰਿਆਂ ਨੇ ਭਾਵ ਪੂਰਨ ਹੋ ਕੇ ਸਾਹਿਬਜ਼ਾਦਿਆਂ ਦੀਆਂ ਵੀਰ ਗਾਥਾਵਾਂ ਨੂੰ ਸੁਣਿਆ ਸੀ। ਵੀਰ ਬਾਲ ਦਿਵਸ ਭਾਰਤ ਦੀ ਰਾਖੀ ਲਈ ਕੁਝ ਵੀ ਕਰ ਗੁਜ਼ਰਨ ਦੇ ਸੰਕਲਪ ਦਾ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ। ਸ਼ੌਰਯ ਦੀ ਬੁਲੰਦੀ ਸਮੇਂ ਘੱਟ ਉਮਰ ਮਾਇਨੇ ਨਹੀਂ ਰੱਖਦੀ। ਇਹ ਉਸ ਮਹਾਨ ਵਿਰਾਸਤ ਦਾ ਪਰਵ ਹੈ ਜਿੱਥੇ ਗੁਰੂ ਕਹਿੰਦੇ ਸੀ, ਸੂਰਾ ਸੋ ਪਹਿਚਾਨੀਏ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾਡੇ ਖੇਤ। ਮਾਤਾ ਗੁਜਰੀ, ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰੇ ਸਾਹਿਬਜ਼ਾਦਿਆਂ ਦੀ ਵੀਰਤਾ ਅਤੇ ਸਤਿਕਾਰ ਅੱਜ ਵੀ ਹਰ ਭਾਰਤੀ ਨੂੰ ਤਾਕਤ ਦਿੰਦਾ ਹੈ। ਇਸ ਲਈ ਵੀਰ ਬਾਲ ਦਿਵਸ ਉਹਨਾਂ ਸੱਚੇ ਵੀਰਾਂ ਦੇ ਬੇਜੋੜ ਸ਼ੌਰਯ ਅਤੇ ਉਹਨਾਂ ਨੂੰ ਜਨਮ ਦੇਣ ਵਾਲੀ ਮਾਤਾ ਦੇ ਪ੍ਰਤੀ ਰਾਸ਼ਟਰ ਦੀ ਸੱਚੀ ਸ਼ਰਧਾਂਜਲੀ ਹੈ। ਅੱਜ ਮੈਂ ਬਾਬਾ ਮੋਤੀ ਰਾਮ ਮਹਿਰਾ, ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਅਤੇ ਦੀਵਾਨ ਟੋਡਰਮੱਲ ਦੀ ਭਗਤੀ ਨੂੰ ਵੀ ਸ਼ਰਧਾ ਨਾਲ ਯਾਦ ਕਰ ਰਿਹਾ ਹਾਂ। ਸਾਡੇ ਗੁਰੂਆਂ ਪ੍ਰਤੀ ਡੂੰਘੀ ਭਗਤੀ ਰਾਸ਼ਟਰ ਭਗਤੀ ਦਾ ਜੋ ਜਜ਼ਬਾ ਜਗਾਉਂਦੀ ਹੈ, ਇਹ ਉਸਦੀ ਮਿਸਾਲ ਹੈ।
ਮੇਰੇ ਪਰਿਵਾਰਜਨੋ, ਮੈਨੂੰ ਖੁਸ਼ੀ ਹੈ ਕਿ ਵੀਰ ਬਾਲ ਦਿਵਸ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਨਾਇਆ ਜਾਣ ਲੱਗਾ ਹੈ। ਇਸ ਸਾਲ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ, UAE ਅਤੇ ਗ੍ਰੀਸ ਵਿੱਚ ਵੀਰ ਬਾਲ ਦਿਵਸ ਨਾਲ ਜੁੜੇ ਪ੍ਰੋਗਰਾਮ ਹੋ ਰਹੇ ਨੇ। ਭਾਰਤ ਦੇ ਸਾਹਿਬਜ਼ਾਦਿਆਂ ਨੂੰ ਪੂਰੀ ਦੁਨੀਆ ਹੋਰ ਜ਼ਿਆਦਾ ਜਾਣੇਗੀ, ਉਹਨਾਂ ਦੇ ਮਹਾਨ ਕਰਤੱਵਾਂ ਤੋਂ ਸਿੱਖੇਗੀ। 300 ਸਾਲ ਪਹਿਲਾਂ ਚਮਕੌਰ ਅਤੇ ਸਰਹੰਦ ਦੀ ਲੜਾਈ ਵਿੱਚ ਜੋ ਕੁਝ ਵੀ ਹੋਇਆ ਉਹ ਅਮਿੱਟ ਇਤਿਹਾਸ ਹੈ। ਇਹ ਇਤਿਹਾਸ ਬੇਮਿਸਾਲ ਹੈ। ਉਸ ਇਤਿਹਾਸ ਨੂੰ ਅਸੀਂ ਭੁਲਾ ਨਹੀਂ ਸਕਦੇ। ਉਸਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਦਿਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਜਦੋਂ ਅਨਿਆਂ ਅਤੇ ਅੱਤਿਆਚਾਰਾਂ ਦਾ ਘੋਰ ਹਨੇਰਾ ਸੀ, ਉਦੋਂ ਵੀ ਅਸੀਂ ਨਿਰਾਸ਼ਾ ਨੂੰ ਪਲ ਭਰ ਲਈ ਹਾਵੀ ਨਹੀਂ ਹੋਣ ਦਿੱਤਾ। ਅਸੀਂ ਭਾਰਤੀਆਂ ਨੇ ਸਵੈਮਾਣ ਦੇ ਨਾਲ ਅੱਤਿਆਚਾਰੀਆਂ ਦਾ ਸਾਹਮਣਾ ਕੀਤਾ। ਹਰ ਉਮਰ ਦੇ ਸਾਡੇ ਪੁਰਖਿਆਂ ਨੇ ਉਦੋਂ ਸਰਵੋੱਚ ਬਲੀਦਾਨ ਦਿੱਤਾ। ਉਹਨਾਂ ਨੇ ਆਪਣੇ ਲਈ ਜਿਉਣ ਦੀ ਬਜਾਏ ਇਸ ਮਿੱਟੀ ਲਈ ਮਰਨਾ ਪਸੰਦ ਕੀਤਾ।